नमस्कार दोस्तों, स्वागत है दोस्तों साडा साडे चैनल दे विच। सो अज आपां थोनू पूरी टॉप दी चीज़ दिखाउण जा रहे हैं। अज थोनू आपां टॉप दा सां दिखावांगे। तो सब तो वड्डी गल कि इह साडे मोगे जिले दे विच ही आ। तो बाई हुणां दे नाल सारी गल्लबात करांगे कि इहदी खुराक आ किन्नी, रोज़ इहनूं सैर करवाउणी पैंदी आ, सारीआं गल्लां करांगे। तो बाई जी सति श्री अकाल। सति श्री अकाल भाई जी। पहला तो अपना नाम दसो, अपने पिंड का नाम सारा दस दो। मेरा नाम राजविंदर सिंह है जी। हाँ जी। पिंड राउके कला जी। हाँ जी। जिला मोगा। ठीक है जी। तो भाई जी कितना टाइम हो गया जी थोड़े को? इनू फिर अपने को लगभग फिर 5 साल हो गए। इनू 5 साल हो गया। हां जी हां जी। 2015 ਦੇ ਵਿੱਚ ਆਪਾਂ ਸੀਮਨ ਲੈ ਕੇ ਆਏ ਸੀ। 2015 ਦੇ ਵਿੱਚ ਸੀਮਨ ਲਿਆਂਦੇ। ਕਿਹਦਾ ਸੀਮਨ ਸੀਗਾ ਜੀ? ਜਵਰਾਜ ਸਾਹਨ ਦਾ ਬੱਚਾ। ਜਵਰਾਜ ਸਾਹਨ ਦਾ ਬੱਚਾ। ਜਵਰਾਜ ਸਾਹਨ ਹੈ ਕਿੱਥੋਂ ਦਾ ਜੀ? ਇਹ ਫਿਰ ਕੁਰਕਸ਼ੇਤਰ ਹਰਿਆਣਾ। ਕੁਰਕਸ਼ੇਤਰ ਹਰਿਆਣਾ ਹੈ ਨਾ ਜੀ। ਕਰਨਵੀਰ 2 ਦੇ ਨਾਲ ਉਹਨੂੰ ਸਾਰੇ ਜਾਣਦੇ ਆ। ਤੇ ਸਭ ਤੋਂ ਪਹਿਲਾਂ ਤਾਂ ਨਾਮ ਦੱਸੋ ਜੀ। ਇਹਦਾ ਨਾਮ ਮਾਨ ਆ ਵੀਰੇ। ਮਾਨ ਨਾਮ ਆ ਨਾ ਜੀ। ਮਾਨ ਨਾਮ ਤੇ ਇਹਦੀ ਖੂਬਸੂਰਤੀ ਬਹੁਤ ਆ ਨਾ ਬਾਈ। ਹਾਂ ਜੀ ਵੀਰੇ। ਤੇ ਜਿੰਨੀ ਖੂਬਸੂਰਤੀ ਆ ਉਨਾ ਹੀ ਜ਼ੋਰ ਆ ਨਾ ਬਾਈ। ਹਾਂ ਜੀ। ਤੇ ਇਹਦੇ ਮੰਨ ਲਓ ਹੁਣ ਜਿਵੇਂ ਜ਼ੋਰ ਜ਼ਾਰ ਲਾਉਂਦਾ ਰਹਿੰਦਾ ਹਨਾ, ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਜੀ ਉਹਨਾਂ ਦੇ। ਤੇ ਇਹਦੇ ਸਿੰਗਾਂ ਤੇ ਨਹੀਂ ਕੋਈ ਅਸਰ ਪੈਂਦਾ? ਨਹੀਂ ਵੀਰੇ ਪੈਂਦਾ ਸਿੰਗਾਂ ਤੇ ਅਸਰ। ਇਹਨੂੰ ਮੰਨ ਲਓ ਵੀ ਤਿੱਖੀਆਂ ਚੀਜ਼ਾਂ ਤੋਂ ਬਚਾ ਕੇ ਰੱਖਣੇ ਪੈਂਦੇ ਇਹਦੇ ਸਿੰਗ, ਵੀ ਜਾਂ ਕਿਸੇ ਦੇ ਕਿੱਲ ਦੇ ਵਿੱਚ ਨਾ ਡਾਲੇ ਜਾਂ ਕਿਸੇ ਹੋਰ ਚੀਜ਼ ਨਾਲ ਨਾ ਬਸਾ ਲੇ, ਉਹ ਚੀਜ਼ ਤੋਂ ਵੀਰੇ ਇਹਨੂੰ ਬਚਾ ਕੇ ਰੱਖਣਾ ਪੈਂਦਾ। ਮੰਨ ਲਓ ਜਦੋਂ ਸੈਰ ਕਰਨ ਜਾਂਦਾ ਯਾਰ ਖੇਤ ਦੇ ਵਿੱਚ, ਅਸੀਂ ਇਹਨੂੰ ਛੱਡ ਦਿੰਦੇ ਹਾਂ ਉਦੋਂ ਵੈਸੇ ਢੁੱਡਾ ਨਾ ਡਲਾ ਕੇ ਵੀਰੇ ਆਪਦਾ ਮਨ ਪਰਚਾਵਾ ਕਰ ਲੈਂਦਾ। ਪਰ ਉਦਾਂ ਨਹੀਂ ਕੋਈ ਐ ਨਹੀਂ ਵੀ ਕਿਸੇ ਤੇ ਟੱਕਰ ਮਾਰੂਗਾ ਜਾਂ ਉਸ ਚੀਜ਼ ਨਹੀਂ ਵੀਰੇ, ਉਹ ਚੀਜ਼ ਨਹੀਂ ਜੀ। ਤੇ ਬਾਈ ਆਪਾਂ ਨੂੰ ਐਂ ਦੱਸੋ ਬਈ ਇਹਦਾ ਵੀ ਲੈਂਥ ਮਿਣੀ ਜਾਂਦੀ ਇਹਦੀ ਬਾਈ? ਹਾਂਜੀ ਵੀਰੇ ਲੈਂਥ ਮਿਣੀ ਜਾਂਦੀ ਆ, ਆਪਾਂ ਨਹੀਂ ਵੀਰੇ ਹਲੇ ਤਾਂ ਮਿਣੀ। ਹਾਂਜੀ ਹਾਂਜੀ। ਪੀਡੀਐਫ ਤੀਜਾ ਸਥਾਨ ਸੀਗਾ ਨਾ ਬਾਈ? ਹਾਂਜੀ ਵੀਰੇ, ਆਲ ਇੰਡੀਆ ਚ ਪੀਡੀਐਫ ਤੇ ਤੀਜਾ ਸਥਾਨ ਆ। ਆਲ ਇੰਡੀਆ ਦੇ ਵਿੱਚ ਬਾਈ ਤੀਜਾ ਸਥਾਨ ਸੀਗਾ ਪੀਡੀਐਫ ਦੇ ਵਿੱਚ, ਬਹੁਤ ਵੱਡੀ ਗੱਲ ਹੋਈ। ਹਾਂਜੀ ਵੀਰੇ, ਪੰਜਾਬ ਦੇ ਵਿੱਚ ਇਹ ਫਸਟ ਹੈ ਜੀ। ਪੰਜਾਬ ਦੇ ਵਿੱਚ ਫਸਟ ਆ ਤੇ ਆਲ ਇੰਡੀਆ ਦੇ ਵਿੱਚ ਤੀਜਾ ਸਥਾਨ ਹੈ ਇਸ ਸਾਲ ਦਾ। ਤੇ ਬਾਜੀ ਜਿਵੇਂ ਹੁਣ ਲੋਕਾਂ ਨੂੰ ਪਤਾ ਲੱਗਦਾ ਨਾ ਵੀਡੀਓ ਦੇਖ ਕੇ, ਕਿਸੇ ਦੇਖਣ ਵੀ ਬਹੁਤ ਆਉਂਦੇ ਹੋਣਗੇ ਨਾ? ਵੀਰੇ ਬਹੁਤ ਦੇਖਣ ਆਉਂਦੇ, ਬਹੁਤ ਫੋਨ ਵੀ ਬਹੁਤ ਆਉਂਦੇ ਆ ਜੀ। ਹਾਂਜੀ। ਤੇ ਮੰਨ ਲਓ ਇਹਦੇ ਬੱਚੇ ਕਿਵੇਂ ਦੇ ਆ ਰਹੇ ਆ ਜੀ? ਜੀ ਬੱਚੇ ਬਹੁਤ ਵਧੀਆ ਆ ਰਹੇ ਆ ਜੀ, ਪੂਰੇ ਕਾਲੇ ਰੰਗ ਦੇ ਬੱਚੇ ਆ ਰਹੇ ਆ। ਫੀਮੇਲ ਕਾਫੀ ਜ਼ਿਆਦਾ ਆ ਰਹੀਆਂ, ਘੱਟੀਆਂ ਫੀਮੇਲ ਆ ਰਹੀਆਂ। ਹਾਂਜੀ ਕਾਫੀ ਘੱਟੀਆਂ ਜ਼ਿਆਦਾ ਆ ਰਹੀਆਂ। ਠੀਕ ਹੈ ਜੀ। ਤੇ ਮੰਨ ਲਓ ਵਧੀਆ ਕੁਆਲਿਟੀ ਦੇ ਬੱਚੇ ਆ ਰਹੇ ਆ? ਹਾਂਜੀ ਹਾਂਜੀ ਵੀਰੇ, ਪੂਰੇ ਵਧੀਆ ਕੁਆਲਿਟੀ ਦੇ ਬੱਚੇ ਆ ਰਹੇ ਆ। ਤੇ ਜਦੋਂ ਬਾਈ ਇਹਦਾ ਜਨਮ ਹੋਇਆ ਸੀਗਾ ਇਹ ਸਾਂਭ ਦਾ? ਹਾਂਜੀ। ਤੇ ਉਦੋਂ ਮੰਨ ਲਓ ਤੁਹਾਨੂੰ ਵੀ ਕਿਵੇਂ ਪਤਾ ਲੱਗਿਆ ਵੀ ਇਹ ਬਹੁਤ ਟੌਪ ਦਾ ਸਾਂਭ ਬਣੂਗਾ ਅੱਗੇ ਜਾ ਕੇ ਤੈਨੂੰ ਪਾਲ ਲਈ? ਵੀਰੇ ਲਗਭਗ ਕਰੀਬ ਬੱਚਾ 8 ਮਹੀਨਿਆਂ ਤੇ ਜਾ ਕੇ ਸਹੀ ਪਤਾ ਲੱਗਦਾ, 8 ਮਹੀਨੇ ਦੇ ਜਾ ਕੇ ਪਤਾ ਲੱਗ ਜਾਂਦਾ ਵੀ ਅੱਗੇ ਕੀ ਜਾ ਹੋਊਗਾ। ਹਾਂ ਕਿਹੋ ਜਿਹਾ ਹੋਊਗਾ ਇਹਦੀ ਬਾਕੀ ਕਟਰੂਆਂ ਨਾਲੋਂ ਵੀਰੇ, ਬਾਡੀ ਲੈਂਥ, ਵੇਟ ਸਾਰਾ ਕੁਛ ਹੀ ਅਲੱਗ ਸੀਗਾ ਜੀ। ਹਾਂਜੀ। ਉਹਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਸੀਗਾ ਇਹਨਾਂ ਦਾ। ਹਾਂਜੀ। ਇਹਦਾ ਇਸ ਕਰਕੇ ਸਾਨੂੰ ਪਤਾ ਲੱਗਿਆ ਵੀ ਹਾਂ ਇਹ ਸਾਹਮਣੇ ਹੋ। ਤੇ ਕਿੰਨਾ ਬਈ ਵੇਟ ਬੂਟੇ ਦਾ ਬਾਈ? ਵੇਟ ਇਹਦਾ ਵੀਰੇ ਆਪਾਂ ਪਹਿਲਾਂ ਕਰਾਇਆ ਸੀਗਾ। ਹਾਂਜੀ। ਲਗਭਗ ਉਦੋਂ 10 ਕੁਇੰਟਲ ਵਜਨ ਸੀ। 10 ਕੁਇੰਟਲ ਵਜਨ ਸੀਗਾ ਉਹ ਹੁਣ ਜੀ। ਤੇ ਇਹਦਾ ਬਾਈ ਜੀ ਸੀਮਨ ਹੁੰਦਾ ਆਪਣੇ ਕੋਲ? ਹਾਂਜੀ ਵੀਰੇ ਸੀਮਨ ਹੁੰਦਾ। ਤੇ ਸਾਰਾ ਜਾਰੀ ਉਪਲਬਧ ਰਹਿੰਦਾ? ਹਾਂ। ਠੀਕ ਹੈ ਜੀ। ਤੇ ਥੋੜਾ ਜਿਹਾ ਡਿਮਾਂਡ ਦੇ ਕਾਰਨ ਹੁਣ ਸੀਮਨ ਥੋੜਾ ਜਿਹਾ ਪਿੱਛੇ ਜੇ ਵੀਡੀਓ ਬਣਾਈ ਸੀਗੀ ਬਾਈ ਲੋਪੋ ਵਾਲੇ ਸੁਖਜਿੰਦਰ ਨੇ। ਹਾਂਜੀ ਹਾਂਜੀ। ਉਹਨਾਂ ਨੇ ਵੀ ਕਿਹਾ ਸੀਗਾ ਵੀ ਥੋੜਾ ਵੇਟ ਕਰਨਾ ਪਿਆ ਸੀਗਾ ਵਿੱਚ ਦੀ ਲੋਕਾਂ ਨੂੰ, ਇੰਨੀ ਕੁ ਜ਼ਿਆਦਾ ਮੰਗ ਹੋ ਗਈ ਸੀਗੀ। ਅੱਛਾ ਜੀ। ਹਾਂਜੀ। ਤੇ ਇਹਦੀ ਮਾਂ ਬਾਈ ਜੀ ਤੁਹਾਡੇ ਕੋਲ ਇਹਦੀ ਕਿ ਬੈਗ? ਨਹੀਂ ਵੀਰੇ ਆਪਣੇ ਕੋਲੋਂ ਸੇਲ ਹੋ ਗਈ ਉਹ, ਲਗਭਗ 3 ਮਹੀਨੇ ਹੋ ਗਏ। ਇਹਦਾ ਭਾਈ ਛੋਟਾ। ਹਾਂਜੀ। ਤੇ ਵੀਰੇ ਇਹਦੀ ਮਾਂ, ਇੱਕੋ ਹੀ ਬੰਦੇ ਨੇ ਲਏ ਆ ਜੀ, ਇੱਕੋ ਜਗ੍ਹਾ ਚਲੇ ਗਏ ਉਹ। ਠੀਕ ਹੈ। ਹਾਂ ਬਾਈ ਜੀ ਐਂ ਦੱਸੋ ਵੀ ਇਹਦੀ ਮਾਂ ਦਾ ਕੀ ਰਿਕਾਰਡ ਸੀਗਾ ਜੀ? ਇਹਦੀ ਮਾਂ ਦਾ ਵੀਰੇ 21 ਕਿਲੋ ਦਾ ਰਿਕਾਰਡ। 21 ਕਿਲੋ ਦਾ ਇਹਦੀ ਮਾਂ ਦਾ ਰਿਕਾਰਡ ਹੋ ਜਾਣਾ ਜੀ। ਤੇ ਹੁਣ ਇਹਦੀ ਡਾਈਟ ਬਾਰੇ ਆ ਜਾਈਏ ਤਾਂ ਜੀ, ਮਤਲਬ ਕੀ ਡਾਈਟ ਹੁੰਦੀ ਹੈ ਇਹਦੀ? ਡਾਈਟ ਵੀਰੇ ਇਹਨੂੰ ਹੁੰਦੀ ਹੈ ਛੋਲੇ, ਛੋਲਿਆਂ ਦੀ ਚੂਰੀ ਜੀ। ਹਾਂਜੀ। ਚੋਕਰ। ਹਾਂਜੀ। ਤੇ ਛਿਲਕਾ। ਠੀਕ ਹੈ ਜੀ। ਮੰਨ ਲਓ ਕਿ ਬਈ ਗਰਮੀ ਸਰਦੀ ਦੇ ਪ੍ਰਭਾਵ ਦੇ ਨਾਲ ਬਈ ਇਹਦੀ ਵੀ ਡਾਈਟ ਵੀ ਥੋੜਾ ਜਿਹਾ ਪ੍ਰੋਟੀਨ ਘਟਾ ਦਈਏ। ਮੰਨ ਲਓ ਸਿਆਲਾਂ ਦੇ ਵਿੱਚ ਨਾਲ ਸੋਇਆਬੀਨ ਵੀ ਹੁੰਦੀ ਹੈ। ਹਾਂਜੀ ਹਾਂਜੀ। ਉਦੋਂ ਮੰਨ ਲਓ ਛੋਲੇ ਬੰਦ ਕਰ ਦਈਏ ਜੀ, ਸੋਇਆਬੀਨ ਬੰਦ ਕਰ ਦਈਏ। ਉਦੋਂ ਛੋਲੇ ਬੰਦ ਕਰ। ਹਾਂ ਛੋਲੇ ਤੇ ਸੋਇਆਬੀਨ ਵੀਰੇ, ਹਾਂਜੀ ਪ੍ਰੋਟੀਨ ਵਾਲੀ ਜਿਹੜੀ ਚੀਜ਼ ਆ ਗਰਮੀਆਂ ਦੇ ਵਿੱਚ ਉਹ ਇਹਦੀ ਬੰਦ ਕਰ ਦਈਏ। ਉਦੋਂ ਇਹਨੂੰ ਊਂ ਵੀ ਇੱਕ ਹੀ ਟਾਈਮ ਦਾਣਾ ਪੈਂਦਾ। ਹਾਂਜੀ। ਸਿਆਲਾਂ ਦੇ ਵਿੱਚ ਇਹਨੂੰ 2 ਟਾਈਮ ਦਾਣਾ ਪਾਈਦਾ। ਹਾਂਜੀ ਹਾਂ। ਮੰਨ ਲਓ ਕਿ ਪੂਰੀ ਮਤਲਬ ਕਿ ਇਹਦੀ ਤੰਦਰੁਸਤੀ ਦਾ ਪੂਰਾ ਧਿਆਨ ਰੱਖਿਆ। ਹਾਂਜੀ ਹਾਂ। ਤੇ ਗਰਮੀ ਸਰਦੀ ਦੇ ਕੋਈ ਪ੍ਰਭਾਵ ਤਾਂ ਨਹੀਂ ਪੈਂਦਾ ਜੀ ਇਹਦੀ ਵੀ ਰਹਿਣ ਸਹਿਣ ਤੇ ਕੋਈ? ਨਹੀਂ ਵੀਰੇ ਪੈਂਦਾ, ਪੱਖੇ ਲੱਗੇ ਹੁੰਦੇ ਆ ਇਹਨੂੰ। ਹਾਂਜੀ। 2 ਵਾਰੀ ਇਹਨੂੰ ਨਵਾਈਦਾ ਗਰਮੀ ਦੇ ਵਿੱਚ। ਹਾਂਜੀ। ਤੇ ਸੈਰ ਬਾਈ ਜੀ ਕਿਵੇਂ ਕਰਾਉਣੇ ਹੋ ਜੀ, ਕਿੰਨੇ ਕਿਲੋਮੀਟਰ ਰੋਜ਼? ਵੀਰੇ 4 ਕਿਲੋਮੀਟਰ ਇਹਦੀ ਸੈਰ ਕਰਾਈ ਦੀ ਹੈ। ਰੋਜ਼ 4 ਕਿਲੋਮੀਟਰ ਸੈਰ ਕਰਵਾਉਣੀ ਪੈਂਦੀ ਹੈ ਨਾ?
ਆਪਾਂ ਵੀਰੇ ਦੇਖਣਾ ਮੰਨ ਲਓ ਖੁਰਾਕ ਬੰਦੇ ਪਾ ਸਕਦੇ ਆ ਮੰਨ ਲਓ ਆਪਾਂ ਇਹਦੀਆਂ ਲੱਤਾਂ ਵਗੈਰਾ ਦੇਖਣੀਆਂ ਵੀ ਉਹ ਬਰੀਡ ਕਰੈਕਟਰ ਦੇਣੇ ਵੀ ਇਹਦਾ ਕੋਈ ਅੰਗ ਬਿੰਗਾ ਤਾਂ ਨਹੀਂ ਹਾਂਜੀ ਜਦੋਂ ਕੋਈ ਪਸ਼ੂ ਚੈਂਪੀਅਨ ਬਣਦਾ ਵੀ ਇਹਦਾ ਕੋਈ ਅੰਗ ਬਿੰਗਾ ਤਾਂ ਨਹੀਂ ਪੈਰ ਸਿੱਧੇ ਆ ਕਿਵੇਂ ਤੁਰਦਾ ਹਾਂਜੀ ਪੈਰ ਤਾਂ ਨਹੀਂ ਪੜਿਆਉਂਦਾ ਤੁਰਨ ਦੇ ਵਿੱਚ ਇਹ ਚੀਜ਼ਾਂ ਵੀਰੇ ਦੇਖ ਕੇ ਉਹ ਨੰਬਰਾਂ ਦੇ ਲੱਗਦੇ ਆ ਠੀਕ ਹੈ ਜੀ ਚਲੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਬਾਈ ਜੀ ਬਹੁਤ ਬਹੁਤ ਮਿਹਰਬਾਨੀ